ਨਾਮ ਦੀ ਕਮਾਈ ਬਾਬਾ ਨੰਦ ਸਿੰਘ ਜੀ ਨੇ। ਬਾਬਾ ਨੰਦ ਸਿੰਘ ਵਰਗਾ ਰਿਸ਼ੀ ਨਾ ਕੋਈ ਹੋਇਆ ਅਤੇ ਨਾ ਕੋਈ ਹੋ ਸਕੇ। ਸਾਧ ਸੰਗਤ ਜੀ, ਅਗਰ ਸਾਨੂੰ ਕੋਈ ਪੁੱਛੇ ਬਈ ਰੱਬ ਦੇ ਦਰਸ਼ਨ ਕੀਤੇ ਨੇ, ਰੱਬ ਦੀ ਆਵਾਜ਼ ਸੁਣੀ ਹੈ, ਤਾਂ ਅਸੀਂ ਸੋਚ 'ਚ ਪੈ ਜਾਂਗੇ ਵੀ ਇਹ ਕੀ ਪੁੱਛ ਰਿਹਾ। ਇਸ ਗੱਲ ਦੀ ਸੁਮਤ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਦਿੰਦੇ ਸਨ। ਔਰ ਬਾਬਾ ਜੀ ਨੇ ਅਵਤਾਰ ਹੀ ਇਸ ਧਰਤੀ 'ਤੇ ਤਾਂ ਜਾ ਇਹ ਸੁਮਤ ਦੇਣ ਵਾਸਤੇ। ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਬਈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨੇ, ਇਹ ਹੈ ਰੱਬ ਦੇ ਦਰਸ਼ਨ। ਔਰ ਦੂਜਾ ਵੀ ਆਵਾਜ਼ ਰੱਬ ਦੀ ਸੁਣੀ ਹੈ, ਅਤੇ ਜਿਹੜੀ ਗੁਰੂ ਦੀ ਬਾਣੀ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਇਹ ਹੈ ਰੱਬ ਦੀ ਆਵਾਜ਼। ਆਓ ਸਾਧ ਸੰਗਤ ਜੀ, ਮੈਨੂੰ ਇੱਕ ਗੁਰਮੁਖ ਪਿਆਰਾ ਸਵੇਰੇ ਕਹਿਣ ਲੱਗਿਆ ਜੀ ਕਿ ਹਾਲਾਤ ਖਰਾਬ ਨੇ, ਸੰਗਤ ਨਹੀਂ ਆਏਗੀ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਵੀ ਦੇਖ, ਜਿਹੜੇ ਬਾਬਾ ਜੀ ਦੇ ਪਿਆਰੇ ਪੱਕੇ ਸੰਗੀ ਨੇ ਉਹ ਜ਼ਰੂਰ ਆਉਣਗੇ, ਦੇਖ ਲਓ ਸੰਗਤਾਂ ਦਾ ਇਕੱਠ। ਔਰ ਜਿਹੜੇ ਮਜਬੂਰ, ਜਿੱਥੇ ਹਾਲਾਤ ਖਰਾਬ ਹੈ, ਉਹ ਨਹੀਂ ਆ ਸਕੇ, ਉਹ ਉੱਥੋਂ ਹਾਜ਼ਰੀਆਂ ਲਗਵਾ ਰਹੇ ਨੇ। ਇੱਥੋਂ ਦੇ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ, ਸੰਤ ਬਾਬਾ ਕਾਲਾ ਸਿੰਘ ਜੀ, ਸੰਤ ਬਾਬਾ ਲੱਖਾ ਸਿੰਘ ਜੀ, ਹੋਰ ਮਹਾਂਪੁਰਖ ਸੰਤ ਬਾਬਾ ਗੇਜਾ ਸਿੰਘ ਜੀ ਬੈਠੇ ਨੇ, ਸੰਤ ਬਾਬਾ ਗੁਰਮੇਲ ਸਿੰਘ ਜੀ, ਸੰਤ ਬਾਬਾ ਜਿੰਦੂ ਜੀ, ਸੰਤ ਬਾਬਾ ਗੁਰਚਰਨ ਸਿੰਘ ਜੀ, ਸੰਤ ਬਾਬਾ ਸੇਵਾ ਸਿੰਘ ਜੀ, ਹੋਰ ਕਈ ਮਹਾਂਪੁਰਖ ਇੱਥੇ ਆਪਣੀਆਂ ਹਾਜ਼ਰੀਆਂ ਲਗਵਾ ਰਹੇ ਨੇ। ਸੰਤ ਬਾਬਾ ਗੁਰਦੇਵ ਜੀ ਚੰਡੀਗੜ੍ਹ ਵਾਲੇ ਮਹਾਂਪੁਰਖ, ਸੰਤ ਬਾਬਾ ਰਾਮ ਸਿੰਘ ਜੀ ਸਿੰਗੜੇ ਕਰਨਾਲ ਵਾਲੇ, ਹੋਰ ਕਈ ਮਹਾਂਪੁਰਖ, ਔਰ ਕਿਤਨੇ ਰਾਗੀ ਸਾਹਿਬਾਨ, ਸਰਦਾਰ ਦਰਸ਼ਨ ਸਿੰਘ ਜੀ ਬਰਾੜ ਸੰਗਤਾਂ ਦੇ ਦਰਸ਼ਨ ਕਰਕੇ ਗਏ ਨੇ, ਸਰਦਾਰ ਗੁਰਚਰਨ ਸਿੰਘ ਜੀ ਬੈਠੇ ਨੇ ਗਰੇਵਾਲ ਸਾਹਿਬ, ਜੋ ਬਾਬਾ ਜੀ ਦੇ ਬੜੇ ਸੰਗੀ, ਸਭ ਨੂੰ ਜੀ ਆਇਆਂ ਨੂੰ। ਹੁਣ ਸਭ ਤੋਂ ਪਹਿਲਾਂ ਇੱਕ ਸ਼ਬਦ ਦੀ ਹਾਜ਼ਰੀ ਸੰਤ ਬਾਬਾ ਸੇਵਾ ਸਿੰਘ ਜੀ, ਉਸ ਤੋਂ ਬਾਅਦ ਫਿਰ ਇੱਕ ਸ਼ਬਦ ਦੀ ਹਾਜ਼ਰੀ ਜਿਹੜੀ ਹੈ ਭਾਈ ਸੁਰਿੰਦਰ ਸਿੰਘ ਜੀ। ਸਿਰਫ 5 ਮਿੰਟ ਲਈ ਇੱਕ ਸ਼ਬਦ ਪੜ੍ਹ ਕੇ ਅਤੇ ਬਾਬਾ ਸੇਵਾ ਸਿੰਘ ਜੀ ਪਿੱਛੇ ਆ ਜਾਣ, ਫਿਰ ਉਹ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨ।